ਹੁਣ ਪੰਚਾਇਤੀ ਚੋਣਾਂ ਦਾ ਵਕਤ ਆ ਚੁੱਕਿਆ ਅਤੇ ਹਰ ਕੋਈ ਵੋਟ ਪਾਉਣ ਨੂੰ ਤਿਆਰ ਆ ਅਤੇ ਕੀ ਸਰਬਸੰਮਤੀ ਦੇ ਨਾਲ ਵੋਟ ਹੋਊਗੀ ਸਰਬਸੰਮਤੀ ਹੈਗੀ ਆ ਪਿੰਡ ਦੇ ਵਿੱਚ ਰਾਜੀਨਾਮਾ ਕਿਤਨੇ ਕਿਤੇ ਜੇ ਸਰਬਸੰਮਤੀ ਹੈਗੀ ਆ ਤਾਂ ਕੀ ਮੁੱਦੇ ਕਿਹੜੇ ਹੋਣਗੇ ਪਿੰਡ ਦੇ ਕਿਹੜੇ ਮੁੱਦਿਆਂ ਦੇ ਬਿਹਾਫ ਤੇ ਜਿਹੜੀ ਕੀ ਵੋਟ ਪਾਈ ਜਾਊਗੀ ਅਤੇ ਗੱਲਬਾਤ ਹੁਣ ਸ਼ੁਰੂ ਕਰ ਲੈਨੇ ਆ ਜੋ ਪਿੰਡ ਦੇ ਬਹੁਤ ਵਾਰ ਬੰਦੇ ਨੇ ਉਹਨਾਂ ਬਾਬੂ ਕੀ ਨਾਮ ਬਈ ਆਪਣਾ ਸੁਰਿੰਦਰ ਸਿੰਘ ਇਸੇ ਪਿੰਡ ਦੇ ਰਹਿਣ ਵਾਲੇ ਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਇਸ ਪਿੰਡ ਦੇ ਵਿੱਚ ਜੰਮੇ ਇੱਥੇ ਆ ਸਮਾਂ ਹੁਣ ਕੀ ਦੱਸੀ ਕਿੰਨੇ ਸਾਲ ਅੱਛਾ ਜੱਦੀ ਇੱਥੇ ਹੀ ਹਾਂਜੀ ਹਾਂਜੀ ਤੇ 5 ਸਾਲ ਸਰਪੰਚੀ ਨੂੰ ਦਿੱਤੇ ਹਰ ਕਿਸੇ ਸਰਪੰਚ ਨੇ ਪੰਚਾਇਤ ਮੈਂਬਰਾਂ ਨੇ ਕੰਮ ਕੀ ਹੋਏ ਪਿੰਡ ਦੇ ਕਾਮਯਾਬ ਵੇਖ ਲਓ ਤੁਹਾਡੇ ਸਾਹਮਣੇ ਆ ਜੀ ਕੀ ਕੰਮ ਆ ਘਾ ਦਿੱਤਾ ਸਾਨੂੰ ਘਾ ਘਾ ਦਿੱਤਾ ਘਾ ਪਿੰਡ ਦੀ ਪਿੰਡ ਦੇ ਵਿੱਚ ਕੰਮ ਨਹੀਂ ਹੋਇਆ ਕੋਈ ਮੈਂ ਅੱਜ ਕਹਿਣ ਦੇ ਤੁਹਾਡੇ ਸਾਹਮਣੇ ਆ ਕੱਖ ਨਹੀਂ ਹੋਇਆ ਇੱਥੇ ਕੁਝ ਨਹੀਂ ਹੋਇਆ ਤੁਹਾਡਾ ਕੀ ਨਾਮ ਹੈ ਜੀ ਭਾਈ ਕੁਲਦੀਪ ਸਿੰਘ ਤੁਸੀਂ ਪਿੰਡ ਦੇ ਇੱਥੇ ਰਹਿਣ ਵਾਲੇ ਹਾਂਜੀ ਇੱਥੇ ਰਹਿਣ ਵਾਲੇ ਜੀ ਤੇ 5 ਸਾਲ ਕਿਵੇਂ ਦੇ ਗਏ ਇਸ ਪਿੰਡ ਦੇ ਪਿੰਡ ਦੇ ਵਿੱਚ ਕਿਹੜੇ ਕੰਮ ਹੋਏ ਕਿਹੜੇ ਨਹੀਂ ਵਿਕਾਸ ਬਹੁਤ ਪਿੰਡ ਦਾ ਘੱਟ ਹੋਇਆ ਜਿਹਦੇ ਵਿੱਚ ਪਾਣੀ ਦੀ ਸਮੱਸਿਆ ਸਾਡੀ ਨਹੀਂ ਹੱਲ ਹੋ ਰਹੀ ਪਾਣੀ ਕੀ ਨਿਕਾਸੀ ਦੀ ਨਿਕਾਸੀ ਦੀ ਜੋ ਨਾਲਿਆਂ ਦੇ ਪਾਣੀ ਹਜੇ ਤੱਕ ਵੀ ਖੜੇ ਨੇ ਤੇ ਹੁਣ ਲੱਗੇ ਕੰਮ ਯਾਨੀ ਕਿ ਲਾਸਟ ਜਾ ਕੇ 6 ਸਾਲਾਂ ਬਾਅਦ ਹੁਣ ਤੇ ਪੰਚਾਇਤ ਵੱਲੋਂ ਕੋਈ ਡਿਵੈਲਪਮੈਂਟ ਨਹੀਂ ਹੋਈ ਪਿੰਡ ਦੀ ਹਾਂਜੀ ਤੁਹਾਡੇ ਕੀ ਨਾਮ ਭਾਜੀ ਅਮਰਜੀਤ ਸਿੰਘ ਰੜਾ ਪ੍ਰਧਾਨ ਭਾਰਤੀ ਕਿਸਾਨ ਜਨੇ ਨਜਾਤ ਤੁਸੀਂ ਇਸ ਇਲਾਕੇ ਦੇ ਮੋਹਤਬਰ ਹੋ ਗਏ ਹੋ ਤੇ ਕਿਸਾਨੀ ਅੰਦੋਲਨ 'ਚ ਐਕਟਿਵ ਰਹੇ ਹੋ ਪਿੰਡ ਦਾ ਕੀ ਹਾਲ ਰਿਹਾ 5 ਸਾਲਾਂ ਦੇ ਵਿੱਚ ਕਿਉਂਕਿ ਪੰਚਾਇਤ ਮੈਂਬਰ ਵੀ ਬੈਠੇ ਨੇ ਤੇ ਲਗਾਤਾਰ ਤੁਸੀਂ ਸਰਪੰਚੀ ਨੂੰ ਲੰਮਾ ਸਮਾਂ ਦਿੱਤਾ ਵੋਟ ਪਾਉਂਦਾ ਇੱਕ ਬੰਦਾ ਕਿ ਪਿੰਡ ਦਾ ਕੰਮ ਹੋਵੇ ਕੀ ਕੰਮ ਹੋਵੇ 5 ਸਾਲ ਦੇ ਦੇਖੋ ਜੇ ਅਸੀਂ ਇਕੱਲੇ 5 ਸਾਲ ਦੀ ਗੱਲ ਕਰੀਏ ਲਗਭਗ ਸਾਡੀ ਸੁਰਤ ਸੰਭਾਲਿਆ ਪਿਛਲੇ 35-40 ਸਾਲ ਤੋਂ ਲਗਭਗ 35 ਸਾਲ ਇਸ ਪਿੰਡ ਦੇ ਵਿੱਚ ਇੱਕ ਪਾਣੀ ਦੇ ਕਰਕੇ ਹੀ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ ਔਰ ਤੁਹਾਡੇ ਸਾਹਮਣੇ ਆ ਤੁਸੀਂ ਇੱਧਰ ਦਿਖਾ ਸਕਦੇ ਹੋ ਆਹ ਨਾਲਾ ਹੈ ਜੀ ਪਿੰਡ ਦਾ ਨਿਕਾਸੀ ਨਾਲਾ ਜਿੰਨਾ ਇਹਦੇ ਵਿੱਚ ਘਾਹ ਆ ਮੈਨੂੰ ਲੱਗਦਾ ਕਿ ਇਹਦੇ ਵਿੱਚੋਂ ਪਾਣੀ ਕਿਤੇ ਵੀ ਨਹੀਂ ਜਾ ਸਕਦਾ ਔਰ ਆਲੇ ਦੁਆਲੇ ਤੁਸੀਂ ਕਿਤੇ ਵੀ ਨਿਗਾਹ ਮਾਰ ਲਿਓ ਇਸ ਪਿੰਡ ਦੇ ਵਿੱਚ ਛੱਪੜ ਦਾ ਨਾਂ ਨਿਸ਼ਾਨ ਨਹੀਂ ਕਾਰਨ ਇਹ ਹੈ ਕਿ ਸਰਕਾਰਾਂ ਬਦਲੀਆਂ ਸਰਕਾਰਾਂ ਦੇ ਮਗਰ ਲੱਗ ਕੇ ਕਈ ਸਰਪੰਚ ਆਏ ਕਈ ਚਲੇ ਗਏ ਪਰ ਪਿੰਡ ਦਾ ਵਿਕਾਸ ਨਹੀਂ ਹੋ ਸਕਿਆ ਪਿਛਲੇ ਸਮੇਂ ਤੋਂ ਜਦੋਂ ਤੋਂ ਜਥੇਬੰਦੀ ਐਕਟਿਵ ਆ ਜਥੇਬੰਦੀ ਦੇ ਸਾਰੇ ਸੂਝਵਾਨ ਸੱਜਣਾਂ ਨੇ ਸਾਰਿਆਂ ਨੇ ਰਲ ਕੇ ਇਸ ਪਿੰਡ ਦੇ ਵਿਕਾਸ ਲਈ ਹੰਭਲਾ ਮਾਰਿਆ ਔਰ ਇਸ ਪਿੰਡ ਦੇ ਵਿਕਾਸ ਦੇ ਵਿੱਚ ਜਦੋਂ ਆ ਜਿਹੜੇ ਰੋਡ ਦੀ ਗੱਲ ਹੋਵੇ ਨਾਲੇ ਦੀ ਗੱਲ ਹੋਵੇ ਇਹਦੇ ਕਾਰਜ ਜਿਹੜੇ ਸਾਰੇ ਕਰਵਾਏ ਪਰ ਪੰਚਾਇਤ ਜਿਹੜੀ ਸੀ ਪਿਛਲੀ ਉਹਨੇ ਕੋਈ ਕਾਰਜ ਇੱਦਾਂ ਤੱਕ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਉਹਨਾਂ ਨਾਲ ਗੱਲਬਾਤ ਕਰਦੀ ਇਸ ਨਾਲੇ ਦੇ ਵਿੱਚ ਤਿੰਨ ਚਾਰ ਮੌਤਾਂ ਹੋ ਗਈਆਂ ਡੁੱਬ ਕੇ ਬੰਦੇ ਮਰੇ ਇਸ ਨਾਲੇ 'ਚ ਇਸੇ ਨਾਲੇ ਦੇ ਹਾਂਜੀ ਤੇ ਜਦੋਂ ਹੜ੍ਹ ਆਏ ਸੀ ਉਦੋਂ ਕਿਵੇਂ ਸੀਗਾ ਹੜ੍ਹ ਦੇ ਵਿੱਚ ਤਾਂ ਪਾਣੀ ਇੱਥੇ ਨਹੀਂ ਆਉਂਦਾ ਹੜ੍ਹ ਦਾ ਪਾਣੀ ਨਹੀਂ ਆਉਂਦਾ ਇੱਥੇ ਪਰ ਨਿਕਾਸੀ ਬੰਦ ਹੋ ਜਾਂਦੀ ਹਾਂ ਬੰਦ ਹੋ ਜਾਂਦੀ ਹਾਂਜੀ ਠੀਕ ਆ ਬਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਦਿਆਲ ਸਿੰਘ ਇਸੇ ਪਿੰਡ ਦੇ ਵਸਨੀਕ ਰਹਿਣਾ ਪਿੰਡ ਦੇ ਇਸੇ ਪਿੰਡ ਦੇ ਤੇ ਪਿੰਡ ਤਾਂ ਬਹੁਤ ਸੋਹਣਾ ਗਾ ਇਹਨਾਂ ਰਾਈਆਂ ਦਾ ਪਿੰਡ ਆ ਪਰ ਵਿਕਾਸ ਪੱਖੋਂ ਹਜੇ ਵੀ ਬਹੁਤ ਵੰਝ ਹੈਗਾ ਨਾਲ ਦੇ ਪਿੰਡਾਂ ਦੀ ਐਗਜ਼ਾਮਪਲ ਲੈਂਦੇ ਤਾਂ ਬਹੁਤ ਡਿਵੈਲਪਡ ਹੈਗੇ ਤੁਹਾਡੇ ਪਿੰਡ ਦੇ ਵਿੱਚ ਬਹੁਤ ਕਮੀਆਂ ਪੇਸ਼ੀਆਂ ਕੀ ਕਹੋਗੇ 5 ਸਾਲ ਕਿਵੇਂ ਦੇ ਰਹੇ 5 ਸਾਲ ਤੇ ਜਿੱਦਾਂ ਸਾਰਿਆਂ ਨੇ ਕਿਹਾ ਆ 5 ਸਾਲ ਤੇ ਮਾੜੇ ਰਹੇ ਆ ਜੀ ਤੇ ਇਹ ਪਿਛਲਾ ਵੀ ਟਾਈਮ ਜਿਹਨਾਂ ਨੇ ਦੱਸਿਆ ਆ ਵੀ ਇਦਾਂ ਹੀ ਆ ਵੀ ਸੇਮ ਹੀ ਗਿਆ ਕੰਮ ਤਾਂ ਵੀ ਅਜੇ ਤੱਕ ਪਾਣੀ ਦਾ ਨਿਕਾਸ ਨਹੀਂ ਹੋਇਆ ਜੀ ਤੇ 35-40 ਸਾਲ ਤੋਂ 50 ਸਾਲ 60-70 ਸਾਲ ਤੋਂ ਲਾ ਲਓ ਵੀ ਸਾਡਾ ਪਿੰਡ ਅਜੇ ਤਾਂ ਨਾਲੀਆਂ ਦੀ ਗਲੀਆਂ 'ਚ ਹੀ ਫਸਿਆ ਆ ਇਸ ਤੋਂ ਬਾਅਦ ਕੁਝ ਨਹੀਂ ਵਿਕਾਸ ਹੋਇਆ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਸੀਗਾ ਤੇ ਕਈ ਪਿੰਡਾਂ ਨੇ ਸਰਬਸੰਮਤੀ ਚੁਣੀ ਆ ਕਈ ਕਹਿੰਦੇ ਕਿ ਇਲੈਕਸ਼ਨ ਪ੍ਰੋਸੈਸ ਅਸੀਂ ਪੂਰਾ ਕਰਾਂਗੇ ਉਸੇ ਤਰੀਕੇ ਨਾਲ ਵੋਟ ਕਰਾਂਗੇ ਤੁਹਾਡੇ ਪਿੰਡ ਦੇ ਵਿੱਚ ਕੀ ਰੁਝਾਨ ਨੇ ਕਿ ਸਰਬਸੰਮਤੀ ਹੋਈ ਆ ਜਾਂ ਪਿੰਡ ਵਾਲੇ ਵੋਟ ਕਰਕੇ ਆਪਣਾ ਸਰਪੰਚ ਚੁਣੀ ਦੇਖੋ ਜੀ ਅਜੇ ਜੇ ਸਰਬਸੰਮਤੀ ਦੀ ਗੱਲ ਕਰੀਏ ਤੇ 3 ਵਾਰੀ ਗੱਲ ਚੱਲੀ ਆ ਅਜੇ ਤੱਕ ਨਹੀਂ ਹੋ ਸਕੀ ਵੀ ਹੋ ਸਕਦਾ ਵੀ ਸ਼ਾਇਦ 7 ਤਰੀਕ ਤੱਕ ਜੇ ਪਿੰਡ ਦੇ ਮਨ ਮੇਅਰ ਪੈ ਜਾਵੇ ਤਾਂ ਸ਼ਾਇਦ ਹੋ ਜਾਵੇ ਸੋਚ ਰਹੇ ਹੋ ਅਜੇ ਚੱਲ ਰਹੀ ਹੈ ਗੱਲ ਸ਼ਾਇਦ ਜੇ ਪਰਮਾਤਮਾ ਮੇਅਰ ਕਰੇ ਸ਼ਾਇਦ ਹੋ ਜਾਵੇ ਤੁਹਾਡਾ ਕੀ ਨਾਮ ਭਾਜੀ ਸੁਖਦੀਪ ਸਿੰਘ ਭਾਜੀ ਤੁਸੀਂ ਪੰਚਾਇਤ ਮੈਂਬਰ ਹਾਂਜੀ ਸਾਬਕਾ ਪੰਚਾਇਤ ਪਿੰਡ ਦੇ ਵਿੱਚ ਵਿਕਾਸ ਕਾਰਜ ਵੀ ਨਹੀਂ ਹੋਏ ਹੁਣ ਸਰਬਸੰਮਤੀ ਦੀ ਵੀ ਚਰਚਾ ਚੱਲ ਰਹੀ ਕਿ ਸਰਬਸੰਮਤੀ ਹੋਵੇ ਤਾਂ ਜੋ ਪਿੰਡ ਦਾ ਕੋਈ ਸਫਰ ਸਕੇ ਕੀ ਕਹੋਗੇ ਹਾਂਜੀ ਭਾਜੀ ਵਿਕਾਸ ਕਾਰਜ ਇੱਦਾਂ ਵੀ ਕੁਛ ਗਲੀਆਂ ਦਾ ਨਿਰਮਾਣ ਜ਼ਰੂਰ ਹੋਇਆ ਸੀ ਪਰ ਜਿਹੜਾ ਪਾਣੀ ਦੀ ਨਿਕਾਸੀ ਆ ਉਹ ਮੁੱਦਾ ਹੈਗਾ ਵੀ ਪਾਣੀ ਦੀ ਨਿਕਾਸੀ ਨਹੀਂ ਅਸੀਂ ਕਰ ਸਕੇ ਹੈਗੇ ਬਾਕੀ ਸਰਬਸੰਮਤੀ ਇਹ ਹੈ ਵੀ ਚਲੋ ਪਿੰਡ ਦੇ ਸਾਡੇ ਸੂਝਵਾਨ ਸੱਜਣਾ ਸਾਰੇ ਸਰਬਸੰਮਤੀ ਕਰਨੀ ਚਾਹੀਦੀ ਆ ਬੈਠ ਕੇ ਸਾਰਿਆਂ ਨੂੰ ਹੱਲ ਕੱਢਣਾ ਚਾਹੀਦਾ ਆ 800 ਵੋਟ ਦੇ ਵਿੱਚ ਵੀ ਕਹਿੰਦੇ ਸਰਬਸੰਮਤੀ ਨਹੀਂ ਹੁੰਦੀ ਵੀ ਜੇ 800 ਵੋਟ ਬਹੁਤ ਘੱਟ ਹੁੰਦੀ ਆ ਆਮ ਤੌਰ ਤੇ 1200 ਵੋਟ ਹੈਗੀ ਆ ਪਿੰਡ ਦੀ ਤੇ ਬਾਕੀ ਕੁਛ NRI ਛੱਡ ਕੇ ਤੇ ਕੋਈ 8-850 ਦੇ ਕਰੀਬ ਵੋਟ ਹੈਗੀ ਆ ਸਰਕਾਰ ਕਹਿੰਦੀ ਕਿ 5 ਲੱਖ ਦਾ ਨਾਮ ਦੇਵਾਂਗੇ ਇੱਕ ਸਟੇਡੀਅਮ ਦੇਵਾਂਗੇ ਜੇ ਸਰਬਸੰਮਤੀ ਹੁੰਦੀ ਹਾਂਜੀ ਨਹੀਂ ਸਾਨੂੰ ਲਾਹਾ ਲੈਣਾ ਚਾਹੀਦਾ ਸਰਕਾਰ ਸਾਨੂੰ ਵਧੀਆ ਆਪਸ਼ਨ ਦੇ ਰਹੀ ਹੈ ਇਹ ਤੇ ਇਸ ਕਰਕੇ ਸਾਨੂੰ ਚਲੋ ਮੈਂ ਸਾਰੇ ਆਪਣੇ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਇਸ ਮਸਲੇ ਦਾ ਹੱਲ ਹੋ ਸਕਦਾ ਆਪਾਂ ਸਰਬਸੰਮਤੀ ਨਾਲ ਆਪਣਾ ਚਲੋ ਜਿਹੜਾ ਵੀ ਕੈਂਡੀਡੇਟ ਵਧੀਆ ਸੂਝਵਾਨ ਉਹਨੂੰ ਚੁਣ ਲਈਏ ਤੇ ਇਲੈਕਸ਼ਨ ਨਾ ਹੋਵੇ ਤਾਂ ਵਧੀਆ ਗੱਲ ਆ ਸਰਬਸੰਮਤੀ ਹੋ ਜਾਵੇ ਪਿੰਡ 'ਚ ਜ਼ਿਆਦਾ ਵਧੀਆ ਗੱਲ ਆ ਠੀਕ ਹੈ ਤੁਹਾਡਾ ਕੀ ਨਾਮ ਹੈ
ਬਲਬੀਰ ਸਿੰਘ ਇਸੇ ਪਿੰਡ ਦੇ ਰਹਿਣ ਵਾਲੇ ਜੱਦੀ ਇਸੇ ਪਿੰਡ ਦੇ ਕਿੱਤਾ ਕਿਸਾਨੀ ਹੋਊਗਾ ਹਾਂਜੀ ਕਿਸਾਨੀ ਹਾਂ ਕਿ ਕਿਸਾਨੀ ਤੇ ਜਿਵੇਂ ਹੁਣ ਸਰਬਸੰਮਤੀ ਦੀ ਚਰਚਾ ਚੱਲ ਰਹੀ ਕਿ ਮੁੰਡਾ ਕਹਿੰਦਾ ਸਰਬਸੰਮਤੀ ਹੋਵੇ ਤਾਂ ਪਿੰਡ ਦਾ ਮਾੜਾ ਮੋਟਾ ਸਿਰ ਤੁਹਾਡਾ ਕੀ ਹੈ ਤੇ ਵਿਚਾਰ ਕੀ ਹੈ ਸੰਮਤੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਹਾਂਜੀ ਬਿਲਕੁਲ ਹੋਣੀ ਚਾਹੀਦੀ ਸਰਕਾਰ ਕਹਿੰਦੀ 5 ਲੱਖ ਦਵਾਂਗੇ ਸਰਬਸੰਮਤੀ ਵਾਲਿਆਂ ਨੂੰ ਚਲੋ ਸਰਕਾਰ ਦਵੇ ਨਾ ਦਵੇ ਚਲ ਸੰਮਤੀ ਤਾਂ ਹੋਣੀ ਚਾਹੀਦੀ ਹੈ ਵੈਸੇ ਤੇ 5 ਸਾਲ ਕਿਵੇਂ ਦੇ ਰਹੇ ਪਿਛਲੀ ਪੰਚਾਇਤ ਦੇ ਉਹ ਮਾੜੇ ਹੀ ਰਹਿਆ ਮਾੜੀ ਰਹੇ ਮਾੜੇ ਹਾਲੇ ਰਹਿਆ ਕੋਈ ਫਿਰ ਸਰਬਸੰਮਤੀ ਕੀਤੇ ਜਿਤਾ ਰਹੇ ਹੋ ਹਾਂਜੀ ਦੇਖੋ ਕਿਹੜਾ ਬੰਦਾ ਸਾਡਾ ਹੁੰਦਾ ਮੂਰੇ ਜਿਹੜਾ ਕੰਮ ਕਰ ਸਕੇ ਹਾਂ ਉਹ ਬੰਦਾ ਕਰਾਂ ਉਹ ਤੇ ਸਰਬਸੰਮਤੀ ਹੁੰਦੀ ਤੁਹਾਡਾ ਕਿਹਨਾਂ ਭਾਜੀ ਸਰਿੰਦਰ ਸਿੰਘ ਭਾਈ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂਜੀ ਜੱਦੀ ਰਹਿਣ ਵਾਲੇ ਇੱਥੇ ਇੱਥੇ ਦੇ ਰਹਿਣ ਹਾਂਜੀ ਹਾਂਜੀ ਤੇ ਪਿੰਡ ਦੇ ਵਿੱਚ ਬਹੁਤ ਸਾਰੀ ਦਿੱਕਤਾਂ ਹੈਗੀਆਂ ਆਮ ਛੱਪੜਾਂ ਦੀ ਕਮੀ ਹੈਗੀ ਕਹਿੰਦੇ ਛੱਪੜ ਨਹੀਂ ਹੈਗਾ ਨਿਕਾਸੀ ਨਹੀਂ ਹੁੰਦੀ 5 ਸਾਲ ਕਿਵੇਂ ਦੇ ਰਹੇ ਸਰਕਾਰ ਭਾਜੀ ਇੱਥੇ ਦੇ ਰਹੇ ਪਾਣੀ ਦੀ ਨਹੀਂ ਕੋਈ ਸਮੱਸਿਆ ਹੈ ਪਾਣੀ ਵੱਡੀ ਪਾਣੀ ਦੀ ਸਮੱਸਿਆ ਹੈ ਸਰਪੰਚ ਆਮ ਤੌਰ ਤੇ ਜਿਵੇਂ ਸਰਪੰਚ ਹੁੰਦੇ ਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਹੁੰਦੇ ਕੰਮ ਕਾਰ ਜੇ ਕਰਾਉਣਾ ਹੋਵੇ ਤਾਂ ਕੋਈ ਕਿਵੇਂ ਦਾ ਰੱਖਦੇ ਆ ਰੁਝੇਵਾਂ ਕਿਵੇਂ ਦਾ ਰੱਖਦੇ ਤੁਹਾਡੇ ਸਾਹਮਣੇ ਵੀ ਜੋ ਸਾਈਨ ਹੀ ਕਰਾਉਣੇ ਹੋਣ ਜੇ ਆਧਾਰ ਕਾਰਡ ਬਣਾਉਣਾ ਹਾਂਜੀ ਹਾਂਜੀ ਬਸ ਪਾਰਟੀ ਬਾਈ ਕੋਈ ਰਜਾਨ ਨਹੀਂ ਹਾਂਜੀ ਜੇ ਸਰਪੰਚ ਦੀ ਮਰਜ਼ੀ ਹੈ ਤਾਂ ਸਾਈਨ ਕਰ ਦੂ ਜੇ ਉਹਦੀ ਮਰਜ਼ੀ ਹੈ ਤਾਂ ਉਹ ਕਹਿੰਦਾ ਮੈਂ ਨਹੀਂ ਕਰਨਾ ਜਾਓ ਜਿੱਥੇ ਜਾਣਾ ਜਾਓ ਸਿੱਧਾ ਕਹਿੰਦੀ ਇਦਾਂ ਸਿੱਧੀ ਕਹਿੰਦੀ ਹਾਂਜੀ 5 ਸਾਲ ਤਾਂ ਕੀਤੇ ਨਹੀਂ ਸਾਈਨ ਕੀਤੇ ਨਹੀਂ 5 ਸਾਲ ਨਹੀਂ ਕੀਤੇ ਜਿਹੜੇ ਭਾਜੀ ਹਾਂਜੀ 5 ਸਾਲ ਸੀਗਾ 5 ਸਾਲ ਦੇ ਵਿੱਚ ਮੇਰਾ ਨਾਮ ਬਲਜੀਤ ਸਿੰਘ ਭਾਜੀ ਭਾਰਤੀ ਕਿਸਾਨ ਯੂਨੀਅਨ ਕਮੇਟੀ ਮੈਂਬਰ ਠੀਕ ਹੈ ਹਾਂਜੀ ਸਾਬਕਾ ਮੈਂਬਰ ਪੰਚਾਇਤ ਤੇ ਕਿਵੇਂ ਸਰਪੰਚ ਦਾ ਕੀ ਰਿਹਾ ਰਜੇਵਾ ਜਿਵੇਂ ਕਹਿੰਦੇ ਕਿ 5 ਸਾਲ ਰਹੇ ਪਾਰਟੀ ਬਾਜੀ ਕਰਕੇ ਸਾਈਨ ਨਹੀਂ ਕਰਦੇ ਸੀ ਕਿਹੜੇ ਮੁੱਦੇ ਭਾਜੀ ਸਰਪੰਚ ਦਾ ਤਾਂ ਇੰਨੇ ਹਾਲਾਤ ਮਾੜੇ ਸੀ ਨਾ ਲਗਭਗ ਮੈਨੂੰ 20-25 ਸ਼ਿਕਾਇਤਾਂ ਤਾਂ ਮੈਨੂੰ ਮਿਲੀਆਂ ਵੀ ਜਿਹੜਾ ਸਰਪੰਚ ਆ ਸਹੀ ਕਾਗਜ਼ਾਂ ਦੇ ਉੱਤੇ ਵੀ ਜਿਹੜੇ ਉਹ ਸਾਈਨ ਨਹੀਂ ਕੀਤੇ ਮੈਨੂੰ ਪੇਪਰ ਦੇ ਜਾਓ ਕੱਲ ਨੂੰ ਮੈਂ ਪੜੂੰਗਾ ਫੇਰ ਵਿਚਾਰ ਕਰਕੇ ਸਾਈਨ ਕਰੂੰਗਾ ਮਤਲਬ ਕਿ ਇਦਾਂ ਦੇ ਸਰਪੰਚ ਦੇ ਹਾਲਾਤ ਆ ਤੁਸੀਂ ਹੁਣ ਵੀ ਦੇਖ ਲਓ ਸਰਪੰਚ ਨੂੰ ਮੈਂ ਕਿਹਾ ਸੀ ਮੈਂ ਕਿਹਾ ਉਹਨੂੰ ਭੇਜੋ ਉਹਨੂੰ ਸੁਨੇਹਾ ਭੇਜੋ ਵੀ ਆਵੇ ਇੱਥੇ ਨਾ ਸਾਡੇ ਪਿੰਡ ਦਾ ਇੰਨਾ ਬੁਰਾ ਹਾਲ ਆ ਜੀ 4400 ਕਿੱਲਾ ਜ਼ਮੀਨ ਸਾਡੇ ਪਿੰਡ ਦੀ ਆ 4400 ਕਿੱਲਾ ਹਾਂ 2200 ਏਕੜ ਦੇ ਵਿੱਚ ਇੱਕ ਬੰਦੇ ਅੱਧੀ ਆ 2200 'ਚ ਸਾਰਾ ਪਿੰਡ ਆ ਪਰ ਸਾਡੇ ਪਿੰਡ ਦੇ ਵਿੱਚ ਛੱਪੜੀ ਹੈ ਨਹੀਂ ਸਾਡੇ ਪਿੰਡ 'ਚ ਛੱਪੜੀ ਹੈ ਨਹੀਂ ਤੁਸੀਂ ਦੇਖੋ ਕਿੱਡੀ ਬਦਕਿਸਮਤੀ ਆ ਸਾਡੇ ਪਿੰਡ ਦੀ ਪਰ ਫਿਰ ਵੀ ਚਲੋ ਮੈਨੂੰ ਲੱਗਦਾ ਜਦੋਂ ਦੇ ਅਸੀਂ ਜੰਮੇ ਆਏ ਤੇ ਨਾਲਿਆਂ ਵਿੱਚ ਹੀ ਪਾਣੀ ਖੜਾ ਵੇਖਿਆ ਪਾਣੀ ਹੈ ਹੀ ਨਹੀਂ ਨਾ ਕੋਲ ਛੱਪੜੀ ਨਾਲਾ ਜਿਹੜਾ ਡੂੰਘਾ ਇਸ ਨਾਲੇ ਦੇ ਵਿੱਚ ਘੱਟ ਤੋਂ ਘੱਟ 3-4 ਬੰਦੇ ਜਿਹੜੇ ਵਿੱਚ ਡੁੱਬ ਕੇ ਮਰ ਗਏ ਆ ਸਰਪੰਚ ਸਾਹਿਬ ਵੀ ਨਹੀਂ ਆਏ ਜੀ ਸਰਪੰਚ ਸਾਹਿਬ ਕਹਿੰਦੇ ਕਿ ਮੈਂ ਬਾਹਰ ਆ ਕਿਤੇ ਇਲੈਕਸ਼ਨ ਤੁਸੀਂ ਫੋਨ ਕੀਤਾ ਸੀਗਾ ਸਰਪੰਚ ਸਾਹਿਬ ਹਾਂਜੀ ਮੈਂ ਤੁਹਾਨੂੰ ਦੱਸਿਆ ਆਉਣਾ ਹੀ ਨਹੀਂ ਉਹਨੇ ਜੀ ਆਉਣਾ ਹੀ ਨਹੀਂ ਜਵਾਬ ਦਾ ਜਵਾਬ ਦੇਣੇ ਕਿੱਦਾਂ ਜੀ 5 ਸਾਲ ਦੁਬਾਰੇ ਹੁਣ ਚੋਣਾਂ 'ਚ ਹੋ ਰਹੇ ਖੜੇ ਨਾ ਨਾ ਖੜੇ ਕੀ ਹੋ ਦਿਸੇ ਨਹੀਂ ਕਿਤੇ ਨਿਗਾਹ ਨਹੀਂ ਆਈ ਕਿਤੇ ਜੀ ਬਾਹਰਲੇ ਐਨਆਰਆਈ ਤੇ ਨਹੀਂ ਕਿਤੇ ਬਾਹਰ ਚਲੇ ਗਏ ਹੋਣ ਸਰਪੰਚ ਜੀ ਨਹੀਂ ਨਹੀਂ ਇੱਥੇ ਹੀ ਆ ਜੀ ਪਿੰਡ 'ਚ ਮੌਜੂਦਾ ਆ ਮੌਜੂਦਾ ਜੀ ਕਿਤੇ ਰੜਕਦੇ ਹੀ ਨਹੀਂ ਉਹ ਠੀਕ ਆ ਹਾਂਜੀ ਪਿੰਡ ਦੇ ਕੰਮ ਨਹੀਂ ਪੰਚਾਇਤ ਮੈਂਬਰ ਬੈਠੇ ਪੁੱਛ ਲਈ ਉਹਨਾਂ ਤੋਂ ਵੀ ਪੁੱਛੋ ਜੀ ਪੁੱਛੋ ਪੁੱਛੋ ਆ ਪੰਚਾਇਤ ਕੀ ਕਹਿਣਾ ਚਾਹੁੰਗੇ ਬਾਈ ਕਹਿੰਦੇ ਪਿੰਡ ਦਾ ਸਰਪੰਚ ਸਾਈਨ ਨਹੀਂ ਕਰਦਾ ਤੇ ਹਾਂਜੀ ਨਹੀਂ ਇਹ ਤਾਂ ਜੀ ਕਾਫੀ ਕਈ ਲੋਕਾਂ ਨੇ ਕੰਪਲੇਂਟ ਕੀਤੀ ਆ ਵੀ ਸਾਈਨ ਨਹੀਂ ਕਰਦਾ ਉਹ ਥੋੜਾ ਫੌਜੀ ਬੰਦਾ ਵੀ ਪੜ੍ਹਨ ਲਿਖਣ ਦੇ ਵਿੱਚ ਥੋੜਾ ਜਿਹਾ ਧਿਆਨ ਦੇ ਦਿੰਦੇ ਆ ਪਰ ਲੋਕਾਂ ਦੇ ਮੁੱਢਲੇ ਕੰਮ ਕਰਨੇ ਚਾਹੀਦੇ ਆ ਪ੍ਰੋਬਲਮ ਆਉਂਦੀ ਹੈ ਦਿੱਕਤ ਆਉਂਦੀ ਹੈ ਲੋਕਾਂ ਨੂੰ ਦਿੱਕਤ ਆਉਂਦੀ ਹੈ ਪੰਚਾਇਤ ਮੈਂਬਰ ਤੁਸੀਂ ਵੀ ਹੋ ਤੁਸੀਂ ਕੀ ਕਹੋਗੇ ਪੰਚਾਇਤ ਮੈਂਬਰ ਨਹੀਂ ਮੈਂ ਬਲਾਕ ਸੰਮਤੀ ਮੈਂਬਰ ਪਿੰਡ ਦੇ ਵਿੱਚ ਬਹੁਤ ਸਾਰੇ ਕੰਮ ਨਹੀਂ ਹੁੰਦੇ ਇੱਕ ਸਾਈਨ ਕਰਕੇ ਕਹਿੰਦੇ ਇੱਕ ਗਰੀਬ ਦਾ ਵੀ ਕਿਤੇ ਨਾ ਕਿਤੇ ਕੰਮ ਮੜਿਆ ਰਹਿ ਜਾਂਦਾ ਕਿਸੇ ਨੇ ਦਿਹਾੜੀ ਲਾਉਣੀ ਆ 150 ਰੁਪਇਆ ਪਤਾ ਨਹੀਂ 150-200 ਦਿਹਾੜੀ ਕਰਨੀ ਆ ਤੇ ਇੱਕ ਸਾਈਨ ਦੇ ਪਿੱਛੇ ਹੁਣ 2-3 ਦਿਹਾੜੀਆਂ ਖਰਾਬ ਕਰਨੀਆਂ ਪਏ ਮੈਂ ਰੇਸ਼ਮ ਸਿੰਘ ਭੱਟੀ ਪਿੰਡ ਰੜੇ ਤੋਂ ਬਲਾਕ ਸੰਮਤੀ ਸਾਬਕਾ ਮੈਂ ਇਸ ਪਿੰਡ ਦਾ ਦੇਖੋ ਜੀ ਗਲੀਆਂ ਨਾਲੀਆਂ ਜੀ ਸਰਕਾਰ ਰਹੀ ਆ ਗਲੀਆਂ ਨਾਲੀਆਂ ਨਹੀਂ ਬਣੀਆਂ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਨਹੀਂ ਕੋਈ ਇੱਥੇ ਡਿਵੈਲਪਮੈਂਟ ਨਹੀਂ ਹੋਈ ਪਾਣੀ ਦੇ ਵਿੱਚ ਇੱਥੇ ਹੀ ਰਿਹਾ ਬੰਦਾ ਜਦੋਂ ਦੇ ਅਸੀਂ ਜੰਮੇ ਹਾਂ ਇੱਦਾਂ ਹੀ ਰਿਹਾ ਹੈ ਇੱਕ ਤਾਂ ਸਾਡੀ ਵੱਡਿਆਂ ਨੇ ਛੱਡਿਆ ਨਹੀਂ ਛੱਪੜ ਨਹੀਂ ਛੱਡਿਆ 2200 ਕਿੱਲਾ ਲੈ ਲਿਆ ਛੱਪੜ ਨਹੀਂ ਛੱਡਿਆ ਹੁਣ ਪਾਣੀ ਕਿਲੋਮੀਟਰ 'ਤੇ ਖੜਿਆ ਵਾ ਗੌਰਮੈਂਟ ਹੀ ਉਹ ਹੈਗੀ ਆ ਆਪਣੀ ਪਿੰਡ ਦੀ ਐਵਾਂ ਉਹਦੇ 'ਚ ਖੜਿਆ ਐਨਆਰਆਈ ਕੋਈ ਮਦਦ ਨਹੀਂ ਕਰਦੇ ਜੇ ਸਰਕਾਰਾਂ ਕੋਈ ਨਹੀਂ ਕਰਦਾ ਜੀ ਇਸ ਪਿੰਡ ਦੇ ਵਿੱਚ ਇਹ ਪਿੰਡ ਬਲੈਕ ਜਿੱਦਾਂ ਮੈਂ ਐਨਆਰਆਈ ਮਦਦ ਕਰਨਾ ਚਾਹੁੰਦੇ ਆ ਪਰ ਸਾਡੇ ਪਿੰਡ ਦੀ ਜਿੱਦਾਂ ਬਦਕਿਸਮਤੀ ਲਾ ਲਓ ਤੁਸੀਂ ਵੀ ਮੋਹਰੇ ਜੇ ਕੋਈ ਪੰਚਾਇਤ ਚੰਗੀ ਮਿਲੇ ਤਾਂ ਫਿਰ ਹੀ ਐਨਆਰਆਈ ਮਦਦ ਕਰਨ ਪੈਸਾ ਲੱਗੇ ਕਿੱਦਾਂ ਅਸਲ ਦੇ ਵਿੱਚ ਜੀ ਹਾਂਜੀ ਜਿਹੜਾ ਸਰਪੰਚ ਬਣਦਾ ਉਹ ਪਾਰਟੀਆਂ ਦਾ ਬਣਦਾ ਪਿੰਡ ਦਾ ਨਹੀਂ ਬਣਦਾ ਜਿੰਨਾ ਚਿਰ ਪਿੰਡ ਦਾ ਨਹੀਂ ਬਣਦਾ ਜਿੰਨਾ ਚਿਰ ਪਿੰਡ ਦਾ ਜਿਹੜਾ ਦੁੱਖ ਸਮਝ ਕੇ ਨਹੀਂ ਉਹ ਕੰਮ ਕਰਦਾ ਜਿੰਨਾ ਚਿਰ ਉਹਨੂੰ ਇਹ ਨਹੀਂ ਅਹਿਸਾਸ ਹੁੰਦਾ ਕਿ ਮੈਂ ਪਿੰਡ 'ਚ ਜੰਮਿਆ ਪਿੰਡ 'ਚ ਪਲਿਆ ਮੇਰੇ ਬੱਚੇ ਇੱਥੇ ਆ ਮੇਰਾ ਪਰਿਵਾਰ ਇੱਥੇ ਆ ਜਿੰਨਾ ਚਿਰ ਇਸ ਪਿੰਡ ਦੇ ਦੁੱਖ ਨੂੰ ਦੁੱਖ ਨਹੀਂ ਸਮਝਦਾ ਤੇ ਜਦੋਂ ਹੁਕਮ ਉੱਪਰੋਂ ਆਉਂਦਾ ਉਸ ਹਿਸਾਬ ਨਾਲ ਚੱਲਦਾ ਤੇ ਸ਼ਾਇਦ ਇਸੇ ਕਰਕੇ ਇਸ ਪਿੰਡ ਦਾ ਵਿਕਾਸ ਨਹੀਂ ਹੋ ਸਕੇ ਆਪਣੇ ਬੱਬਲ ਦੇ ਵਿੱਚ ਜੀ ਇੱਕ 28 ਲੱਖ ਰੁਪਈਆ ਲਿਆ ਸ਼ਮਸ਼ਾਨ ਘਾਟ ਬਣਾਇਆ ਤੇ ਉੱਥੇ ਉਹ ਸਾਡੇ ਪਿੰਡ 'ਚ ਉਹ ਵੀ ਨਹੀਂ ਸੀਗਾ ਉਹ ਵੀ ਇੰਨਾ ਕੁ ਕਰਕੇ ਤੇ ਹੁਣ ਜਿਹੜੀ ਆ ਮੂੰਹ ਧੋਤਾ ਗਿਆ ਨਹੀਂ ਤਾਂ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ
ਗ੍ਰਾਂਟਾਂ ਲੱਗਦੀਆਂ ਪਰ ਬੇਤੁਕੀਆਂ ਲੱਗਦੀਆਂ ਆ। ਹੁਣ ਇੱਕ ਸਾਡੇ ਨਾ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਆ, ਉਸ ਤੋਂ ਧੂਸੀ ਬੰਨ ਤੱਕ 8 ਲੱਖ ਰੁਪਈਆ ਗੌਰਮੈਂਟ ਨੇ ਦਿੱਤਾ ਇਹਨਾਂ ਨੂੰ ਨਾਲਾ ਬਣਾਉਣ ਵਾਸਤੇ। ਸਰਪੰਚ ਨੇ ਨਾਲਾ ਬਣਾਇਆ, ਨਾਲਾ ਜੀ ਦੇਖੋ ਮੈਨੂੰ ਲੱਗਦਾ ਵੀ ਖਰੇ ਚਾਰ ਲਗਭਗ ਤੁਸੀਂ ਦੇਖੋ ਸੜਕ ਤੋਂ 4 ਗਰਮਾ ਪਾਣੀ ਜਿਹੜਾ ਨਾਲੇ ਦੇ ਵਿੱਚ ਨਹੀਂ ਵੜਿਆ, ਸੁੱਕੇ ਦਾ ਸੁੱਕਾ ਨਾਲਾ 8 ਲੱਖ ਰੁਪਈਆ ਉਸ ਨਾਲੇ ਦਾ ਐਸਟੀਮੇਟ ਬਣਿਆ ਜੀ। ਅਸੀਂ ਸਰਪੰਚ ਨੂੰ ਪੁੱਛਦੇ ਹਾਂ ਵੀ ਇਹ 8 ਲੱਖ ਰੁਪਈਆ ਕਿੱਥੇ, ਉਹ ਨਾਲਾ ਬਣਾ ਵੀ ਇੰਨਾ ਉੱਚਾ ਦਿੱਤਾ, ਸਾਡੀ ਆ ਸੜਕ ਹੈ ਜੀ, ਉਹ ਨਾਲਾ ਉੱਚਾ ਬਣਾ ਦਿੱਤਾ ਸੜਕ ਤੋਂ ਉੱਧਰੋਂ, ਮੈਂ ਕਿਹਾ ਅੱਗੇ ਪਾਣੀ ਸੜਕਾਂ ਨੂੰ ਉੱਤਰ ਜਾਂਦਾ ਸੀ ਅਤੇ ਉਹ ਨਾਲਾ ਉੱਚਾ ਕਰਕੇ ਪਾਣੀ ਵਿਖੜ ਗਿਆ। 3 ਵਾਰੀ ਅਸੀਂ ਐਕਸਨ ਸੁਨੀਲ ਯਾਦਵ ਜਿਹੜਾ ਹੈਗਾ ਜੀ ਨੈਸ਼ਨਲ ਹਾਈਵੇ ਦਾ ਅੰਮ੍ਰਿਤਸਰ ਬਹਿੰਦਾ ਆ, 3 ਵਾਰੀ ਰੋਡ ਉਹਦੇ ਕੋਲੋਂ ਬਣਵਾਈ, ਉਹ ਕਹਿੰਦਾ ਮੈਂ ਨਹੀਂ ਬਣਾ ਸਕਦਾ, ਅਸੀਂ ਕਹਿੰਦੇ ਨਹੀਂ ਬਣਾ ਸਕਦਾ, ਅਸੀਂ ਧਰਨਾ ਲਾ ਦੇਣਾ। ਉਸਨੇ 3 ਵਾਰੀ ਰੋਡ ਬਣਾਈ, ਹੁਣ ਫਿਰ ਟੁੱਟ ਗਈ, ਇੰਨਾ ਬੁਰਾ ਹਾਲ, ਪਿੰਡ ਦੀਆਂ ਬੁੜੀਆਂ ਸਾਡੇ ਕੋਲ ਕਹਿੰਦੀਆਂ ਸਾਨੂੰ ਲੈ ਜਾਓ, ਅਸੀਂ ਮਤਲਬ ਸਾਡਾ ਬਹੁਤ ਬੁਰਾ ਹਾਲ ਹੈ, ਦਮੇ ਦੇ ਸ਼ਿਕਾਰ ਹੋ ਚੱਲੇ ਲਗਭਗ 2 ਸਾਲ ਤੋਂ, ਇੰਨਾ ਘੱਟਾ ਰਾਤ ਨੂੰ ਜਿੱਦਾਂ ਸੌਂਦੇ ਸਵੇਰੇ ਉੱਠ ਕੇ ਇੱਦਾਂ ਲੱਗਦਾ ਵੀ ਜਿੱਦਾਂ ਅਸੀਂ ਪਿੰਡ ਦੇ ਵਿੱਚ ਇੱਥੇ ਅਸੀਂ ਘਰ ਦੇ ਵਿੱਚ ਰਹਿੰਦੇ ਹੀ ਨੀਗੇ, ਇੰਨਾ ਘੱਟਾ ਮਲ ਕੇ ਜੰਮ ਜਾਂਦਾ। ਅਤੇ ਫਿਰ ਇਹ ਰੋਡ ਜਿਹੜੀ ਆ, ਇਹ ਰੋਡ ਜੀ ਅਸੀਂ ADC ਕੋਲ, DC ਸਾਹਿਬ ਕੋਲ ਜਾ ਕੇ ਨਾ, ਇਹ ਦੇਖੋ ਜੀ ਇਹ ਨੈਸ਼ਨਲ ਹਾਈਵੇ ਆ, ਇਹ DC ਸਾਹਿਬ ਕਹਿੰਦੀ ਵੀ ਸਾਡੇ ਅੰਡਰ ਨਹੀਂ, ਇਹ ਨੈਸ਼ਨਲ ਹਾਈਵੇ ਦਾ RO DC ਲੈਵਲ ਦਾ ਚੰਡੀਗੜ੍ਹ ਬਹਿੰਦਾ RO ਸਾਹਿਬ, ਉਹਨਾਂ ਦੇ ਕੋਲੋਂ ਮੈਂ ਕਹਿੰਦੀ ਸਿਫਾਰਿਸ਼ ਕਰ ਦੂੰਗੀ ਤੁਹਾਡੀ ਵੀ ਇਹ ਬਜਰੀ ਦੀ ਰਹਿਣੀ ਨਹੀਂ, ਇਹ ਕੰਕਰੀਟ ਦੀ ਫੇ ਅਸੀਂ ਬਣਵਾਈ ਆ, ਅਤੇ ਲਗਭਗ ਉਹ RO ਵੀ ਕਹਿੰਦਾ ਮੈਂ ਬਜਰੀ ਦੀ ਬਣਾ ਦਿੰਦਾ ਹਾਂ, ਮੈਂ ਕੰਕਰੀਟ ਦੀ ਬਣਾ ਨਹੀਂ ਸਕਦਾ, 1 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ ਇਹਦਾ ਜੀ, ਉਹ ਪਾਸ ਕਰਵਾਇਆ ਅਤੇ ਫਿਰ ਹੁਣ ਸੜਕ ਤੁਹਾਡੇ ਸਾਹਮਣੇ ਦੇਖੋ ਕਿੱਦਾਂ। ਤੁਹਾਡਾ ਕੀ ਨਾਮ ਭਾਈ? ਮੇਰਾ ਨਾਮ ਹਰਜਿੰਦਰ ਸਿੰਘ, ਪਿੰਡ ਰੜਾ। ਰੜਾ ਪਿੰਡ ਦੇ ਰਹਿਣ ਵਾਲੇ? ਸਮਾਂ ਬਹੁਤ ਹੋ ਗਿਆ ਹੋਊਗਾ ਇੱਥੇ ਰਹਿੰਦੇ ਨੂੰ, ਜੱਦੀ ਪਿੰਡ ਆ ਜੇ ਸਮਾਂ ਕੇ ਮੇਰੀ 68 ਉਮਰ ਆ, ਇੱਥੇ ਹੋ ਗਈ 15-20 ਸਾਲ ਮੈਂ ਬਾਹਰ ਰਹਿ ਗਿਆ ਦੁਬਈ, ਮੈਂ ਜਦੋਂ ਪਿੰਡ ਦਾ ਹਾਲ ਵੇਖਿਆ ਪਰ ਕੋਈ ਨਿਕਾਸ ਨਹੀਂ ਗਿਆ, ਸਰ ਨਫ਼ਰਤਬਾਜ਼ੀ ਆ, ਨਫ਼ਰਤਬਾਜ਼ੀ ਕਰਕੇ ਕੁਛ ਨਹੀਂ ਬਣ ਰਿਹਾ, ਪੰਚਾਇਤ ਜਿਹੜਾ ਬਣ ਜਾਂਦਾ ਬਸ ਉਹ ਚੁੱਪਾ ਘਰੇ ਬਹਿ ਜਾਂਦਾ, ਕੋਈ ਵੀ 1 ਪੈਸਾ ਕੰਮ ਨਹੀਂ ਹੋ ਰਿਹਾ। ਇਹ ਪਹਿਲਾਂ ਸਰਪੰਚ ਕਿਵੇਂ ਚੁਣਿਆ ਸੀਗਾ? ਕਿੱਦਾਂ ਚੁਣ ਲੈਂਦੇ ਮੈਨੂੰ ਕੋਈ ਸਮਝ ਨਹੀਂ ਲੱਗਦੀ, ਹੁਣ ਵੀ ਅਸੀਂ ਚਾਹੁੰਦੇ ਹਾਂ ਵੀ ਸਰਬਸੰਮਤੀ ਨਾਲ ਬਣਾਇਆ ਜਾਵੇ, ਪਰ ਕੋਈ ਨਹੀਂ, ਸਰਬਸੰਮਤੀ ਨਾਲ ਨਹੀਂ ਬਣਨਾ ਤਾਂ ਫਿਰ ਫਰਿਕਸ਼ਨਬਾਜ਼ੀ ਰਹਿਣੀ ਆ, ਤੁਹਾਡੇ ਬਾਜੀ ਸਰਪੰਚ ਬਣੂਗਾ ਉਹਨੇ ਕੀ ਕਰਨਾ, ਤੁਹਾਡਾ ਕੁਛ ਨਹੀਂ ਹੋਣਾ, ਵਿਕਾਸ ਤਾਂ ਹੀ ਹੋਣਾ ਜੇ ਸਰਬਸੰਮਤੀ ਨਾਲ ਬਣੇ, ਸਰਬਸੰਮਤੀ ਨਾਲ ਕੋਈ ਬਣਾਉਣਾ ਚਾਹੁੰਦਾ ਨਹੀਂ ਜਾਂ ਕੀ ਚੱਕਰ ਹੈ ਇਹਨਾਂ ਲੋਕਾਂ 'ਚ, ਸਾਨੂੰ ਨਹੀਂ ਸਮਝ ਲੱਗੇ ਅਜੇ ਤੱਕ। ਠੀਕ, ਤੁਹਾਡੇ ਕੀ ਨਾਮ ਬਾਈ? ਚਰਨਜੀਤ ਸਿੰਘ ਸੰਧੂ, ਰੜਾ। ਇਸੇ ਪਿੰਡ ਦੇ? ਹਾਂਜੀ, ਇਸੇ ਪਿੰਡ। ਅਤੇ ਕੀ ਕਹੋਗੇ ਜਿਵੇਂ ਬਾਪੂ ਜੀ ਕਹਿੰਦੇ, ਕਹਿੰਦੇ ਕਿ ਪਿੰਡ ਦਾ ਕੰਮ ਹੀ ਨਹੀਂ ਹੁੰਦਾ ਗਾ ਜਦੋਂ ਸਰਬਸੰਮਤੀ ਨਹੀਂ ਹੁੰਦੀ ਗੀ, ਸਰਪੰਚ ਪਤਾ ਨਹੀਂ ਕਿੱਥੋਂ ਬਣ ਕੇ ਆ ਜਾਂਦਾ ਆ ਜਾਂਦਾ ਅਤੇ ਕੰਮ ਨਹੀਂ ਹੁੰਦਾ। ਜਦੋਂ ਜੀ ਇਹ ਪਿੰਡ ਦੇ ਵਿੱਚ ਜਿੰਨਾ ਚਿਰ ਪਾਲਟੀ ਬਾਜੀ ਆ ਉਨਾ ਚਿਰ ਕੋਈ ਕੰਮ ਨਹੀਂ ਹੋਣਾ, ਜਿੰਨਾ ਚਿਰ ਪਾਲਟੀ ਬਾਜੀ ਉਹਨਾਂ ਚਿਰ ਕੋਈ ਕੰਮ ਨਹੀਂ, ਜਦੋਂ ਬੰਦਾ ਸਾਂਝਾ ਆਪਾਂ ਚੁਣ ਲਈਏ ਕੋਈ ਵੀ ਬਲਜੀਤ ਨੇ 8 ਲੱਖ ਰੁਪਇਆ ਲਾ ਦਿੱਤਾ, ਮੇਰੇ ਹਿਸਾਬ ਨਾਲ 4 ਕਰਮਾਂ ਨੀ ਪਾਣੀ ਅੱਗੇ ਗਿਆ, ਜਦੋਂ ਉਹ ਪਹਿਲਾਂ ਆਲਰੇਡੀ ਉਧਰ ਆਪਣਾ ਉੱਚਾ ਸੀਗਾ, ਕੋਈ ਵੀ ਤਰੀਕੇ ਨਾਲ ਸੈਂਸ ਨਾਲ ਕੰਮ ਨਹੀਂ ਹੋਇਆ। ਚੱਲ ਇਹ ਗਲੀਆਂ ਨਾਲੀਆਂ ਤੋਂ ਪਾਸੇ ਹਟ ਕੇ ਜੇ ਗੱਲ ਕੀਤੇ, ਉਹ ਕਿਵੇਂ ਦਾ ਰਿਹਾ 5 ਸਾਲ ਕਿਵੇਂ ਦੇ ਰਹੇ? ਸਰਪੰਚ ਨੇ ਕਦੇ ਸਾਰ ਲਈ ਪਿੰਡ ਦੀ, ਪੰਚਾਇਤ ਨੇ ਕਦੇ ਬੈਠ ਕੇ ਮਿਲ ਜੁਲ ਕੇ ਕੋਈ ਫੈਸਲਾ ਕੀਤਾ? ਸਰਪੰਚ ਨੇ ਤਾਂ ਸਾਰ ਲਈ ਆ ਜੀ, ਸਰਪੰਚ ਨੂੰ ਕੋਈ ਕੰਮ ਕਰਨ ਦਿੰਦਾ ਹੀ ਨਹੀਂ, ਸਮਝੇ ਕਿ ਨਹੀਂ? ਜਦੋਂ ਪਾਲਟੀ ਬਾਜੀ ਹੋ ਜਾਵੇ ਨਾ, ਸਹਿਮਸਮਤੀ ਨਾਲ ਹੋ ਜਾਵੇ ਤਾਂ ਸਾਰੇ ਕੰਮ ਜੋ ਸਰਪੰਚ ਕਹਦੇ ਉਹੀ ਹੋਊ, ਜਦੋਂ ਪਾਲਟੀ ਬਾਜੀ ਹੋ ਗਈ ਤੇ ਜੋ ਸਾਡ ਭਗਵੰਤ ਮਾਨ ਸਾਹਿਬ ਨੇ ਪਿੰਡਾਂ ਨੂੰ ਜਾਂ ਗ੍ਰਾਂਟਾਂ ਦੇਤੀਆਂ ਸਭ ਕੁਝ ਦੇਤਾ, ਇਹ ਤੋਂ ਵੱਧ ਕੁਝ ਮਿਲ ਨਹੀਂ ਸਕਦਾ ਹੋਰ। ਹਾਂ ਹੁਣ ਰੋਡ ਬਣਵਾਤਾ, ਨਾਲੇ ਪਾਈਪਲਾਈਨਾਂ ਪੈਣ ਡਈਆਂ, ਸਰਕਾਰੀ ਪੈਸਾ ਲਾਉਣ ਡਈ ਆ, ਸਮਝੇ? ਇਹ ਜੋ ਪਾਈਪਲਾਈਨਾਂ ਜਿੰਨਾ ਵੀ ਪਿੰਡ ਦਾ ਹੁਣ 5 ਸਾਲਾਂ 'ਚ ਉਨਾ ਕੰਮ ਨਹੀਂ ਹੋਇਆ ਜਿਹੜਾ ਹੁਣ ਆ 1.5 ਮਹੀਨੇ 'ਚ ਕੰਮ ਹੋ ਗਿਆ। ਇਹ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਪੈਸਾ ਸਾਰਾ ਪਾਈਪਲਾਈਨ ਪੈਣ ਡਈ ਆ, ਸਾਡੇ ਪਿੰਡ 70 ਸਾਲ ਹੋ ਗਿਆ ਜੀ, ਨਾਲੀਆਂ ਦਾ ਨਹੀਂ ਸੂਤ ਆਇਆ, ਗਲੀਆਂ ਨਾਲੀਆਂ ਦਾ ਜੀ, ਇਹ ਪਿੰਡ ਗਲੀਆਂ ਨਾਲੀਆਂ ਤੱਕ ਹੀ ਰਹਿ ਗਿਆ, ਇਹ ਪਿੰਡ ਇਸ ਤੋਂ ਬਾਅਦ ਹੈ ਹੀ ਨਹੀਂ, ਕੋਈ ਕੋਈ ਇੱਥੇ ਕੋਈ ਸਟੇਡੀਅਮ ਨਹੀਂ, ਕੋਈ ਬੱਚਿਆਂ ਦੀ ਐਜੂਕੇਸ਼ਨ ਨਹੀਂ, ਆਹ ਤੁਸੀਂ ਮੱਛਰ ਦੇ ਲਓ ਨਾਲਿਆਂ ਦੇ ਪਿੰਡ 'ਚ, ਕੋਈ ਸਕੂਲ ਜਾਂ ਕਾਲਜ ਕੁਛ ਹੈ? 1 ਸਕੂਲ ਆ ਜੀ, 1 ਸਕੂਲ ਆ, ਉਹ ਹੈਗਾ 10ਵੀਂ ਤੱਕ, ਸੋਰੀ 8-10ਵੀਂ ਤੱਕ, 8ਵੀਂ ਤੱਕ, ਇਹ ਵੀ ਛੋਟਾ ਸਕੂਲ ਆ, 1 ਹੋਸਪਿਟਲ ਆ, ਉਹ ਵੀ ਕਿਸੇ ਬੰਦੇ ਦਾਨੀ ਸੱਜਣਾ ਨੇ ਜਗ੍ਹਾ ਲੈ ਕੇ ਗੁਰੂ ਘਰ ਦੀ ਆਪ ਬਣਾ ਕੇ ਦਿੱਤਾ, ਕੋਈ ਸਰਕਾਰ ਵੱਲੋਂ ਕੋਈ ਨਹੀਂ ਪਹਿਲਾਂ। ਤੁਹਾਡਾ ਕੀ ਨਾਮ ਹੈ? ਹਰਜਿੰਦਰ ਸਿੰਘ। ਇਸੇ ਪਿੰਡ ਦੇ ਰਹਿਣ ਵਾਲੇ? ਇਸੇ ਦੇ ਹੀ, ਜੰਮੇ ਪੜੇ ਇੱਥੇ, ਸਭ ਕੁਝ ਇੱਥੇ, ਸਾਰਾ ਕੁਝ ਵੇਖਿਆ ਪਿੰਡ ਦਾ ਕਿਵੇਂ ਵਿਗੜਿਆ, ਕਿਵੇਂ ਕਿਆ ਕਰਾ, ਦੇਖ ਤੋਂ ਵਾਧੀ ਹੋ ਗਿਆ। 5 ਸਾਲ ਪੰਚਾਇਤ ਦੇ ਕਿਵੇਂ ਰਹੇ? ਪੰਚਾਇਤ ਨੇ ਕੋਈ ਕੰਮ ਕੀਤਾ? ਸਵਾਬ ਨਹੀਂ ਕੀਤੀ, ਆਹ ਨਾਲੇ ਤੁਸੀਂ ਦੇਖ ਲਓ, ਆਹ ਨਾਲੇ ਜਿਹੜੇ ਆ
ये नाले जड़े मेन होने चाहिए थे वह सेवा वाल चल गए सेवा वाल इतने कई बंदे मर गए नाले। मैं भी एक दिन डिग पिया, मैं झूठी बोलता, मैं आप खुद डिग पिया, बह मेरी है नहीं, मैं भी डिग पिया नाले च। वो तो महाराज करे को दो बंदे ही निकले पोते ही उन्होंने चाके मैं कड़ लिया बार। ये हालात है इस पिंड के। इस टाइम मेरी 70 साल की उम्र हो गई आ, 70 साल की। बापू चल गलियां नालियां दूजे पासे होके माड़ी गल करिए, सरकार स्कूल जा को होर सुविधा है कि स्कूल दा देख लो आ बच्चे छोटे छोटे जांदे आ, मुंडा खड़ा जिवें हुण आ बच्चे जांदे छोटे छोटे आ स्कूल आ इत्थों अद्धे किलोमीटर ते, कोई कोई हिसाब किताब नहीं। गंद इन्ना इन्ना क मदर कहिंदा यार गल कर लैंदे तू कर ला पहिलां जांदे बच्चे जांदे आ मादरी ओदी इन्नी सफाई भी है नहीं कि बच्चे मादर की तुर के नाल दी साइड थाणी लंघ जाण। उधरों गड्डियां रोड इन्ना चलता बेसाबा जिन्ना झूठ बोलो, पर कोई मादर कहिंदा इत्थे है नहीं। सरपंच नूं जे सरपंच को कहिंदे सैन कौन चल जाणा आ किहदा इहसान आ इह काहदे वास्ते आ उहने इह क्यों आ उहने पहिलां कहिणा मैं रोटी खा लूंगा बाद च तुहाडे सैन करदा। ओह काहदी सरपंची सवाह दी, मैं मूंह ते कहिणा मेरे सामने आ जाए। असी जिदन वोटा पाइया उदन घर घर साढ़े आए वोटा पाओ, अं वोटा पाइया ये बीबिया तो हम फार्म भाने साढ़े को जमीन है नहीं, असी रामगढ़ी मिस्त्री हाँ, रोटी चलो परमात्मा हड़े बच्चे सन दे जाते खाने असी साढ़े कहना बीबिया के फार्म भाने बीबिया के फार्म भरते। तो एक दिन इदा आया कि मैं साल वा जाके साडा गुरद्वारा साहब इतने झंडे साहब उत्थे भी टक्कर मैं मत्था टेकन गया, मैं कहा सरपंच साहब साढ़े मैं कहो फार्मा का की हुआ, कहना मैं क्यों पता, मैं कहा मेरे लादा पता तेन बस क्या वा होर गलबात कर दी कोशिश कर लें बई। तुम पिंड के नौजवान इसे पिंड रहने वाले? हाँ जी हाँ जी भाई जी। तो बई कि समा हो गया पिंड? मैं भाजी 24-25 साल हो गए। 24-25 साल? हाँ जी। तो पिंड की वेख्या कि स्कूल बने एजुकेशन किमें दी पिंड? भाजी 24-25 साल चलो एजुकेशन तो हैगी पिंड, साढ़े पिंड अज तक जो पानी का निकास नहीं हो सकता। जो भी मीह आए साढ़े घर के जोड़े लोग उन्होंने घर जोड़े नीवे आ, तो अज तक सू 24-25 साल हो गए इस पिंड अज तक पानी का निकास नहीं निकलिया जी। थोड़े पिंड आम तौर पर पिंड नौजवान नहीं देखते दे। मैं कल या एक दो जने होर देखे होने को बहुत नहीं देख, कारण की रह रहे पिंड कारण है जी सब तो वह बेरोजगारी। बेरोजगारी जे साढ़े इतने पंजाब पिंड बेरोजगारी ना हो तो साढ़े लोग जोड़े आ बहर वाल ना जा। पर खेती सही तरीका नहीं है कि खेती ना ही बंदा आपका काम कार कर सके ना नौकरी वाले पास भजे? नहीं खेती करना नहीं चाहता जी, क्योंकि सारे की दौड़ जी बहर वाल लगी है। गलबात होरां दे नाल करन दी कोशिश कर लैणे आ, नशे दे मुद्दे नूं लै के की कहना चाहणगे मैंबर साहब? जिवें पिंड दे मोहतबर बंदे ने कहा कहिंदे कि पिंड दे विच ग्रांटां आईआं होणियां, पता नहीं लग्गिया किधर गईआं ग्रांटां। ग्रांटा सही जगह नहीं लगी जी, जिदा ला लो भी तरीका नहीं सही आया, सरपंच तो नहीं लोट आया काम, गलियां का निर्माण होया होर जिहड़ा पानी का निकास नहीं सरपंच कर सकिया हैगा, सही तरीके नाल नहीं पैसे ला सकिया। 97 लाख च बहुत वड्डा काम हो सकदा, कल्ले जे गलियां नालियां दा पासे हट के वेखिए जे इत्थों तक ही सीमित रहे फिर स्कूल एजुकेशन दे पक्ष ते फिर आपां बहुत दूर बैठे आ पिंड। हाँ जी हाँ जी, नहीं उधर नूं वध ध्यान देना चाहिए जिथे साडा आने वाला भविख पड़दा आ, पर उधर नूं नहीं ध्यान दिता गया, सिर्फ बस गलियां नालियां दे विच ही उलझिया रहा काम जी, तो वह भी पूरी कंप्लीट नहीं कर सके, अद्धिया गलियां बनिया सी, अद्धिया का निर्माण हुण चल रहा जी। हाँ जी, थोड़े की नाम है? पंचायत को पैसा आया पर सही लगे कारण पैसा लगा ही नहीं बाहर निकलिया घरों नहीं बाहर निकलिया कारण की मन पिंड
ਇਹ ਸਰਪੰਚ ਦੀ ਮਿਹਰਬਾਨੀ ਹੈ, ਹੋਰ ਕਿਸੇ ਹੈ ਹੀ ਨਹੀਂ ਜੀ। ਆਹ ਸਾਡੇ ਅੰਬਰ ਜੀ ਬੈਠੇ ਕਿਸਾਨ ਜੀ ਨੇ, ਪਰ ਇਹਨਾਂ ਪਿੰਡ ਦਾ ਹੁਣ ਕੰਮ ਕਰਾਇਆ। ਹਾਂਜੀ, ਪਾਈਪਲਾਈਨ ਪਵਾਉਣ ਡਿਆ, ਸਾਰਾ ਕੰਮ ਕਰਾਉਣ ਡਿਆ। ਜਿੰਨਾ ਕੰਮ 5 ਸਾਲ 'ਚ ਨਹੀਂ ਹੋਇਆ, ਇਹਨਾਂ ਮਹੀਨੇ 'ਚ ਕਰਾਤਾ। ਸਾਰਾ ਮਹੀਨੇ 'ਚ ਕਰਾਤਾ ਜੀ। ਠੀਕ ਹੈ ਭਾਅ ਜੀ, ਨਸ਼ੇ ਦੇ ਮੁੱਦੇ ਲੈ ਕੇ ਤੁਹਾਡੇ ਪਿੰਡ 'ਚ ਕਿਵੇਂ ਆ? ਕਿਉਂਕਿ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਨਸ਼ੇ ਨੂੰ ਲੈ ਕੇ ਵੀ ਬਹੁਤ ਮਸਲਾ ਉੱਠ ਰਿਹਾ। ਤੁਸੀਂ ਕਿਸਾਨ ਯੂਨੀਅਨ ਦੇ ਵਿੱਚ ਵੀ, ਕਿਸਾਨ ਯੂਨੀਅਨ ਆਮ ਤੌਰ 'ਤੇ ਨਸ਼ੇ ਦੇ ਮਸਲੇ ਲਈ ਬਹੁਤ ਚਾਹੀਦੀ ਕਿ ਜਿਹੜੇ ਪਿੰਡ ਦੇ ਵਿੱਚ ਨਸ਼ਾ ਉਹ ਖਤਮ ਕੀਤਾ, ਕੀ ਹਾਲ ਚਾਲ? ਦੇਖੋ, ਫਿਲਹਾਲ ਜਿਹੜੇ ਕਾਮਨ ਜਿਹੇ ਨਸ਼ੇ ਆ, ਜਿਵੇਂ ਸ਼ਰਾਬ ਦੀ ਗੱਲ ਕਰੀਏ, ਉਹ ਤਾਂ ਨੋਰਮਲ ਹੈ। ਪਰ ਜੇ ਅਸੀਂ ਗੱਲ ਕਰੀਏ ਚਿੱਟੇ ਦੇ ਮਸਲੇ ਦੇ ਵਿੱਚ, ਸਾਡਾ ਪਿੰਡ ਹਾਲੇ ਤੱਕ ਬਚਿਆ ਹੋਇਆ, ਉਸ ਪੱਧਰ 'ਤੇ ਨਸ਼ਾ ਨਹੀਂ ਹੈ। ਹਾਂ, ਇਹ ਠੀਕ ਹੈ ਕਿ ਹੌਲੀ ਹੌਲੀ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਹੋ ਸਕਦਾ ਇਸ ਪਿੰਡ ਦੇ ਵਿੱਚ ਵੀ ਸ਼ੁਰੂ ਹੋ ਜਾਏ, ਪਰ ਇਸ ਗੱਲ ਦੇ ਉੱਤੇ ਪਿੰਡ ਇੱਕਜੁੱਟ ਹੈ, ਜਥੇਬੰਦੀ ਇਸ ਪਿੰਡ ਦੇ ਨਾਲ, ਕਿਉਂਕਿ ਬੱਚੇ ਸਾਡੇ, ਭੈਣ ਭਰਾ ਸਾਡੇ ਆ। ਕੋਸ਼ਿਸ਼ ਇਹ ਕਰਾਂਗੇ ਕਿ ਇਸ ਪਿੰਡ ਦੇ ਵਿੱਚ ਚਿੱਟੇ ਵਰਗੇ ਨਸ਼ੇ ਦਾ ਸੰਤਾਪ ਨਾ ਕਿਸੇ ਮਾਂ ਨੂੰ ਹੰਢਾਉਣਾ ਪਵੇ, ਕਿਸੇ ਬਾਪ ਨੂੰ, ਉਹ ਕਿਸੇ ਦਾ ਪੁੱਤ ਨਸ਼ੇ ਨਾਲ ਮਰ ਜਾਏ। ਇਹ ਇਸ ਤਰ੍ਹਾਂ ਦੀ ਗੱਲ ਸ਼ਾਇਦ ਅਸੀਂ ਵੀ ਅਰਦਾਸ ਕਰਾਂਗੇ। ਇਹ ਜੇਕਰ ਕੋਈ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਸ ਗੱਲ ਦੀ ਚੇਤਾਵਨੀ ਵੀ ਦੇਣਾ ਚਾਹਵੇ, ਚਾਹੇ ਉਹ ਸਰਕਾਰਾਂ ਦੇ ਨੁਮਾਇੰਦੇ ਹੋਣ, ਚਾਹੇ ਉਹ ਪਿਛਲੀਆਂ ਸਰਕਾਰਾਂ ਦੇ ਵਿੱਚ ਹੋਣ, ਅੱਜ ਆਪਣੇ ਆਪ ਨੂੰ ਉਹ ਜੋ ਵੀ ਕਹਿੰਦੇ ਹੋਣ, ਜੇਕਰ ਸਾਡੇ ਪਿੰਡ ਦੇ ਵਿੱਚ ਨਸ਼ੇ ਦੀ ਗੱਲ ਹੋਏਗੀ ਤਾਂ ਸਾਰਾ ਨਗਰ ਜਿਹੜਾ, ਅਸੀਂ ਉਹਨਾਂ ਨੂੰ ਲੱਤਾਂ ਤੋੜ ਕੇ ਭਜਾਵਾਂਗੇ। ਇੱਦਾਂ ਦੀ ਗੱਲ ਨਹੀਂ ਵੀ ਅਸੀਂ ਇਸ ਗੱਲ ਨੂੰ ਬਰਦਾਸ਼ਤ ਕਰਾਂਗੇ। ਜਥੇਬੰਦਕ ਤੌਰ 'ਤੇ ਅਸੀਂ ਦੁਨੀਆ 'ਚ ਘੁੰਮਦੇ ਹਾਂ, ਪਿੰਡ ਦੇ ਵਿੱਚ ਕੋਸ਼ਿਸ਼ ਇਹੀ ਰਹੇ ਵੀ ਨਸ਼ੇ ਤੋਂ ਬਚ ਕਰੀਏ, ਇਹ ਬਚਿਆ ਵੀ ਹੈ। ਤੁਸੀਂ ਕਹਿਣਾ ਚਾਹੋਗੇ? ਹਾਂਜੀ, ਮੈਂ ਕਿਹਾ ਜੀ, ਅਸੀਂ ਨਸ਼ਿਆਂ ਵਾਸਤੇ ਇਹ ਕੀਤਾ ਕਿ ਅਸੀਂ ਸਾਡੇ ਕੋਲ ਜਿਹੜੇ ਬੱਚੇ, ਅਸੀਂ ਉਹਨਾਂ ਨੂੰ ਗੱਤਕਾ ਸਿਖਾਲਦੇ ਹਾਂ, ਗੁਰਬਾਣੀ ਦੇ ਨਾਲ ਜੋੜਦੇ ਹਾਂ, ਉਹ ਸਿੱਖ ਸਿਧਾਂਤ ਜੋ ਕਿ ਅਸੀਂ ਨਸ਼ਿਆਂ ਤੋਂ ਬੱਚੇ ਸਾਡੇ ਬਚੇ ਰਹਿਣਾ, ਇਹਨਾਂ ਕੋਲ ਪ੍ਰਾਲਾ ਅਰਦਾਸ ਕਰਦਾ ਆ। ਇੱਕ ਕਿਰਪਾ ਕਰਦੇ ਹੋ, ਬੇਨਤੀ ਕਰਦੇ ਹਾਂ, ਸਾਰਾ ਨਗਰ ਸਾਡਾ ਸਾਥ ਦੇਵੇ, ਵੱਧ ਤੋਂ ਵੱਧ ਬੱਚੇ ਜਿੱਦਾਂ ਪਹੁੰਚਣ, ਜਿਹੜੇ ਗੱਤਕਾ ਸਿੱਖਣ, ਗੁਰਬਾਣੀ ਸਿੱਖਣ, ਧਾਰਮਿਕ ਬਣਨਗੇ ਅਤੇ ਆਪੇ ਨਸ਼ੇ ਦੂਰ ਹੋ ਜਾਣਗੇ ਜੀ। ਹੁਣ ਪਿੰਡ ਦੀ ਸਾਂਝੇ ਰੂਪ ਦੇ ਵਿੱਚ ਕੀ ਮੰਗ ਆ ਕਿ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਵੇ ਜਾਂ ਇਲੈਕਸ਼ਨ ਪ੍ਰੋਸੈਸ ਦੇ ਨਾਲ ਇੱਕ ਸਰਪੰਚ ਜਿਹੜਾ ਚੁਣਿਆ ਜਾਵੇ? ਭਾਅ ਜੀ, ਮੈਂ ਇੱਕ ਰਿਕੁਐਸਟ ਕਰਦਾ ਤੁਹਾਡੇ ਮਾਧਿਅਮ ਰਾਹੀਂ। ਹੁਣ ਸਾਡੇ ਪਿੰਡ ਲਗਭਗ ਕੋਈ 6-7 ਸਰਪੰਚਾਂ ਨੇ ਪੇਪਰ ਭਰ ਦਿੱਤੇ, ਅੱਜ ਲਾਸਟ ਦਿਨ ਸੀਗਾ, ਹੈ ਨਾ? ਹਾਂਜੀ, ਸਰਪੰਚਾਂ ਨੇ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਹਾਲੇ ਤੱਕ ਵੀ ਮੌਕਾ, ਜੇ ਆਪਾਂ ਟੱਸਰਬਾਜ਼ੀ ਦੇ ਨਾਲ ਸਰਪੰਚ ਬਣਾ ਵੀ ਲਿਆ ਨਾ, ਵਿਕਾਸ ਫੇਵ ਨਹੀਂ ਹੋਣਾ। ਸਰਪੰਚ ਨੂੰ ਲਗਭਗ ਪੰਚਾਇਤਾਂ ਭੰਗ ਹੋਈਆਂ ਨੂੰ 6 ਮਹੀਨੇ ਹੋ ਗਏ ਆ। ਮੈਨੂੰ ਲੱਗਦਾ ਵੀ ਜਿੰਨਾ 5 ਸਾਲਾਂ 'ਚ ਕੰਮ ਨਹੀਂ ਹੋਇਆ, ਉਨਾ ਅਸੀਂ ਆ ਮਹੀਨੇ 1.5 ਮਹੀਨੇ ਦੇ ਵਿੱਚ ਕਰਾ ਲਿਆ ਜਥੇਬੰਦੀ ਢਾਂਚੇ ਦੇ ਤੌਰ 'ਤੇ। ਅਤੇ ਪਾਈਪਲਾਈਨ ਵੀ ਪੈਣ ਲਈ ਆ, 17 ਲੱਖ ਰੁਪਈਆ ਸਾਡੀ ਪਾਣੀ ਵਾਲੀ ਟੈਂਕੀ ਦਾ ਪਿਆ ਸੀਗਾ। ਅਸੀਂ SDO ਸਾਹਿਬ ਨਾਲ, ADC ਸਾਹਿਬ ਨਾਲ ਜਥੇਬੰਦੀ ਤੌਰ 'ਤੇ ਅਸੀਂ ਉੱਥੇ ਜਥੇਬੰਦੀ ਸਾਡੀ ADC ਸਾਹਿਬ ਨੂੰ, DC ਸਾਹਿਬ ਨੂੰ ਮਿਲ ਕੇ, ਅਤੇ ਜਿਹੜਾ ਹੈਗਾ 17 ਲੱਖ ਰੁਪਈਆ, ਉਹ SDO ਸਾਹਿਬ ਨੂੰ ਪੁੱਛਿਆ ਵੀ ਤੁਹਾਨੂੰ ਕਿੰਨਾ ਚਾਹੀਦਾ, ਉਹ ਕਹਿੰਦੇ 3 ਲੱਖ ਚਾਹੀਦਾ, ਬਾਕੀ ਕਨਵਰਟ ਕਰਾ ਕੇ ਅਸੀਂ ਉਹ ਪਾਈਪਲਾਈਨ ਦੇ ਵਿੱਚ ਇਨਵੈਸਟ ਕਰਾ ਲਿਆ। ਇੱਕ ਬੇਨਤੀ ਹੋ ਰਿਹਾ, ਮੈਂ ਬੇਨਤੀ ਫੇਰ ਕਰਦਾ ਹਾਂ ਵੀ ਜੇ ਟੱਸਰਬਾਜ਼ੀ 'ਚ ਬਣਾਇਆ ਤਾਂ ਕੁਛ ਨਹੀਂ ਹੋਣਾ। ਹਾਲੇ ਤੱਕ ਵੀ ਆਪਾਂ 3 ਦਿਨ ਹੈਗੇ ਆ 7 ਤਰੀਕ ਤੱਕ ਪੇਪਰ ਚੱਕਣ ਦੇ, ਵੀ ਜੇ ਆਪਾਂ ਸੰਮਤੀ ਕਰ ਲੈਂਦੇ ਹਾਂ ਇੱਕ ਬੰਦੇ 'ਤੇ, ਅਤੇ ਜੇ ਅਸੀਂ ਪਿੰਡ ਦਾ ਕੋਈ ਸੁਧਾਰ ਕਰਨਾ ਤਾਂ ਫਿਰ ਸੰਮਤੀ ਕਰ ਲੈਂਦੇ, ਤਾਂ ਫਿਰ 5 ਸਾਲ ਫੇਰ ਕੱਖ ਨਹੀਂ ਹੋਣਾ। ਬਾਕੀ 2-2 ਮੈਂਬਰ ਬਣਾ ਲੈਣ, 6-7 ਸਰਪੰਚ, ਫਿਰ 100-100 ਬੰਦਾ, ਇੱਕ ਸਰਪੰਚ ਕਹਿ ਸਕਦੇ 100-100 ਬੰਦੇ ਦਾ ਇੱਕ ਸਰਪੰਚ। ਐਂ ਹੋਣੀ ਜੀ, ਇੱਕ ਮੇਰੀ ਅਤੇ ਇੱਕ ਤੇਰੀ, ਤੀਜੀ ਪਤਾ ਨਹੀਂ ਕਿਹਦੀ ਆ, ਇੱਦਾਂ ਵੀ ਹੋਣੀ ਹੈ। ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਵੀ ਹਾਂ, ਇਸ ਤਰ੍ਹਾਂ ਦਾ ਕੰਮ ਨਾ ਕਰੀਏ। ਸਾਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਪਿੰਡ ਦੇ ਵਿਕਾਸ, ਜਿਹੜਾ ਬੰਦਾ ਕੰਮ ਕਰਦਾ ਕਰਨਾ ਚਾਹੁੰਦਾ ਉਹਨੂੰ ਚੁਣ ਕੇ ਉਹਦੇ ਨਾਲ ਖੜੇ ਹੋਈਏ। 5 ਸਾਲ ਆ, ਜੇ ਅੱਗੇ ਅਸੀਂ 50 ਸਾਲ ਲੋਕਾਂ ਨੂੰ ਦਿੱਤੇ ਆ, ਇੱਕ ਮੁੰਡੇ ਨੂੰ, ਜੰਗ ਨੂੰ ਕਿਸੇ ਨੂੰ, ਉਹਨੂੰ 5 ਸਾਲ ਦੇ ਦਈਏ, ਅਤੇ ਜੇ ਉਹ ਨਹੀਂ ਕਰੂਗਾ, ਇੱਦਾਂ ਹੀ 7 ਦੇ ਵਿੱਚ ਉਹਨੂੰ ਵੀ ਕਹਿ ਦਿਆਂਗੇ ਸਾਡੀ ਸੁਣੀ ਨਹੀਂ ਇਹਨੇ। ਇਸ ਕਰਕੇ ਸਾਨੂੰ ਇੱਕਜੁੱਟ ਹੋ ਕੇ ਪਿੰਡ ਦੀ ਪੰਚਾਇਤ, ਪਿੰਡ ਦੀ ਚੁਣਨੀ ਚਾਹੀਦੀ ਹੈ, ਕਿਸੇ ਪਾਰਟੀ ਦੀ ਨਹੀਂ, ਕਿਸੇ ਧਿਰ ਦੀ ਨਹੀਂ। ਇਹ ਨਾ ਹੋਵੇ ਕਿ ਕੋਈ ਹੋਰ ਮੁੜ ਕੇ ਕਹੇ ਵੀ 2 ਰੁਪਈਏ ਮੇਰੇ ਜਿਹੜੇ ਬਲਾਕ 'ਚੋਂ ਮੇਰੇ, ਕੋਈ ਹੋਰ ਕਹਿ ਦੇਵੇ ਵੀ ਮੇਰੇ 3 ਰੁਪਈਏ ਬਲਾਕ 'ਚੋਂ, ਇਹ ਉਹ ਮੁੜ ਕੇ ਜਿਹੜੀ ਗਰਾਂਟਾਂ ਆਈਆਂ ਉਹ ਖਾ ਜਾਣ। ਇੱਦਾਂ ਦਾ ਬੰਦਾ ਸਾਨੂੰ ਨਹੀਂ ਚਾਹੀਦਾ। ਹਾਂ, ਜਥੇਬੰਦਕ ਤੌਰ ਦੇ ਉੱਤੇ ਅਸੀਂ ਖੜ੍ਹੇ ਹਾਂ, ਧਿਰ ਬਣਾ ਕੇ ਚੱਲਾਂਗੇ। ਜਿਹੜਾ ਵੀ ਸਰਪੰਚ ਬਣੂਗਾ, ਜੇ ਉਹ ਸਹੀ ਚੱਲੂਗਾ ਠੀਕ ਹੈ, ਨਹੀਂ ਤਾਂ ਤੁਹਾਨੂੰ ਪਤਾ ਜਥੇਬੰਦਕ ਤਾਕਤ ਕਿੰਨੀ ਆ, ਉਹਦੇ ਵਿਰੋਧ 'ਚ ਖੜ੍ਹੇ। ਤਾਂ ਇਹ ਸਨ ਪਿੰਡ ਰੜਾ ਦੇ ਵਸਨੀਕ, ਜਿਨ੍ਹਾਂ ਦੀ ਸੱਥ ਲੱਗੀ, ਅਤੇ ਸੱਥ ਦੇ ਵਿੱਚ ਬਹੁਤ ਸਾਰੀ ਗੱਲਾਂ ਦਾ ਜ਼ਿਕਰ ਹੋਇਆ ਕਿ ਪਿੰਡ ਦੇ ਵਿੱਚ ਅਗਰ ਪਿੰਡ ਦਾ ਹੀ ਸਰਪੰਚ ਹੋਊਗਾ ਤਾਂ ਪਿੰਡ ਦੇ ਕੰਮ ਹੋਣਗੇ, ਜੇ ਪਾਰਟੀਆਂ ਦਾ ਕੋਈ ਸਰਪੰਚ ਆਉਂਦਾ ਤਾਂ ਪਿੰਡ ਦੇ ਕੰਮ ਕਿਤੇ ਨਾ ਕਿਤੇ ਰੁਕਦੇ ਨਜ਼ਰ ਆਉਣਗੇ। ਨਾਲ ਹੀ ਜ਼ਿਕਰ ਇਹ ਵੀ ਕੀਤਾ ਕਿ ਪਿੰਡ ਸਿਰ ਜੋੜ ਕੇ ਆਪਣਾ ਇੱਕ ਸਰਬਸੰਮਤੀ ਦੇ ਨਾਲ ਇੱਕ ਸਰਪੰਚ ਚੁਣ ਲਵੇ, ਨਹੀਂ ਤਾਂ ਜਿੱਥੇ ਪਹਿਲਾਂ ਲੜਕਦੇ ਪਏ ਨੇ ਜੋ ਕੰਮ ਨੇ ਉਹ ਮੁੜ ਤੋਂ ਉਹ ਵੀ ਦਿਖਣਗੇ। ਅਤੇ ਜਿਸ ਤਰੀਕੇ ਨਾਲ ਸਿਰ ਜੋੜਨ ਦੀ ਗੱਲ ਕੀਤੀ ਕਿ ਸਰਬਸੰਮਤੀ ਦੇ ਨਾਲ ਆਪਣਾ ਇੱਕ ਸਰਪੰਚ ਜ਼ਰੂਰ ਪਿੰਡ ਚੁਣੇ।